ਅਗਲੀਆਂ ਕਵਿਤਾਵਾਂ ਹੈਗੀਆਂ ਅਰਜ਼ਪ੍ਰੀਤ ਜੀ ਦੀਆਂ। ਕੀ ਇਹ ਮੁਸ਼ਕਿਲ ਰਾਹ ਤੇ ਨਹੀਂ, ਪਿਆ ਕਸੂਤਾ ਗਾਹ ਤੇ ਨਹੀਂ ਹੈ। ਸੱਜਣਾ ਬਾਲੀ ਮਿੱਠੀ ਜਾਪੇ, ਇਹ ਤੇਰੀ ਜੂਠੀ ਚਾਹ ਤੇ ਨਹੀਂ। ਧੋਖੇ ਸਾਜਿਸ਼ ਮਹਿਕਾਂ ਆਵਣ, ਸ਼ਹਿਰ ਤੇਰੇ ਦੀ ਹਵਾ ਤੇ ਨਹੀਂ ਹੈ। ਮੌਤ ਦੀ ਪੀੜਾ ਜਿਉਂਦੇ ਸਹਿੰਦੇ, ਤੇਰੀ ਲੱਗੀ ਹਾਂ ਤੇ ਨਹੀਂ। ਧਰਤੀ ਉੱਗਦੇ ਕੰਢੇ ਜਾਪਣ, ਸ਼ਹਿਰ ਤੇਰੇ ਚ ਘਾਹ ਤੇ ਨਹੀਂ ਹੈ। ਗਿਰਜਾਂ ਘੁੰਮਣ ਚਾਰ ਚਫੇਰੇ, ਤੇਰਾ ਲੱਗਿਆ ਦਾਹ ਤੇ ਨਹੀਂ ਹੈ। ਨਿਤ ਨਵਾਂ ਦਿਲ ਖਾ ਜਾਂਦੀ ਹੈ, ਮੇਰੇ ਦਿਲ ਦਾ ਚਾਹ ਤੇ ਨਹੀਂ ਹੈ। ਅਰਜ਼ ਨੂੰ ਮਰ ਜਾਣਾ ਕਿਉਂ ਆਖੇ, ਅਰਜ਼ ਨੂੰ ਮਰ ਜਾਣਾ ਕਿਉਂ ਆਖੇ, ਸੱਜਣ ਇਹ ਦੁਆ ਤੇ ਨਹੀਂ ਹੈ। ਗਲਵਕੜੀ ਚ ਘੁੱਟੀ ਜਾਵੇ, ਗਲਵਕੜੀ ਚ ਘੁੱਟੀ ਜਾਵੇ, ਤੇਰਾ ਇਹ ਸੁਭਾਅ ਤੇ ਨਹੀਂ ਹੈ। ਤੇਰਾ ਧੜਕੇ ਮੇਰਾ ਖੜ ਗਿਆ, ਤੇਰਾ ਧੜਕੇ ਮੇਰਾ ਖੜ ਗਿਆ, ਜੋ ਆਇਆ ਆਖਰੀ ਸਾਹ ਤੇ ਨਹੀਂ, ਜੋ ਆਇਆ ਆਖਰੀ ਸਾਹ ਤੇ ਨਹੀਂ। ਉਹਨਾਂ ਦੀ ਅਗਲੀ ਰਚਨਾ, ਅੱਜ ਰਵਾਵੇ ਹਾਕਮ ਸਾਨੂੰ, ਪਰ ਇੱਕ ਦਿਨ ਆਪਾਂ ਹੱਸਾਂਗੇ। ਝੜਦੇ ਹਾਂ ਤਾਂ ਝੜ ਲੈਣ ਦੇ, ਰੁੱਤ ਆਉਣ ਤੇ ਦੱਸਾਂਗੇ। ਘਰੋਂ ਜੇ ਸਾਨੂੰ ਬੇਘਰ ਕਰਦਾ, ਹਿੱਕ ਤੇਰੀ ਤੇ ਵਸਾਂਗੇ। ਸੂਲੀ ਦਾ ਤੂੰ ਦਵੇਂ ਡਰਾਬਾ, ਤੇਰਾ ਰੱਸਾ ਕੱਸਾਂਗੇ। ਤੇਥੋਂ ਡਰ ਬੇਹੋਸ਼ੇ ਜਿਹੜੇ, ਆਪਾਂ ਤਲੀਆਂ ਝੱਸਾਂਗੇ। ਭੱਜਦਿਆਂ ਤੈਨੂੰ ਰਾਹ ਨਹੀਂ ਲੱਭਣਾ, ਜਦ ਤੇਰੇ ਮਗਰੇ ਨੱਸਾਂਗੇ। ਉਹਨਾਂ ਅਸਾਂ ਉਤਾਂਹ ਨੂੰ ਉੱਗਣਾ, ਉਹਨਾਂ ਅਸਾਂ ਉਤਾਂਹ ਨੂੰ ਉੱਗਣਾ, ਜਿੰਨਾ ਧਰਤੀ ਧੱਸਾਂਗੇ। ਝੜਦੇ ਹਾਂ ਤਾਂ ਝੜ ਲੈਣ ਦੇ, ਰੁੱਤ ਆਉਣ ਤੇ ਦੱਸਾਂਗੇ। ਝੜਦੇ ਹਾਂ ਤਾਂ ਝੜ ਲੈਣ ਦੇ, ਰੁੱਤ ਆਉਣ ਤੇ ਦੱਸਾਂਗੇ। ਸੋ ਉਹਨਾਂ ਦੀ ਅਗਲੀ ਰਚਨਾ, ਅੱਜ ਆ ਰਹੀ ਜ਼ਹਿਰੀ ਜਹੀ, ਅੱਜ ਆ ਰਹੀ ਜ਼ਹਿਰੀ ਜਹੀ, ਤੇਰੇ ਸ਼ਹਿਰ ਵੱਲੋਂ ਇਹ ਰਵਾ। ਅੱਜ ਆ ਰਹੀ ਜ਼ਹਿਰੀ ਜਹੀ, ਤੇਰੇ ਸ਼ਹਿਰ ਵੱਲੋਂ ਇਹ ਹਵਾ, ਮੇਰੇ ਸਾਹ ਨਾਲ ਅੰਦਰ ਰਲ ਗਈ, ਮੇਰੀ ਰੋਮ ਰੋਮ ਗਈ ਹਵਾ। ਮੈਂ ਸੂਰਜੇ ਨੂੰ ਆਖਿਆ, ਮੈਂ ਸੂਰਜੇ ਨੂੰ ਆਖਿਆ, ਮੈਨੂੰ ਸਾੜ ਦੇ ਵੇ ਜਿਉਂਦਿਆ। ਉਹ ਬੱਦਲ ਓਹਲੇ ਹੋ ਗਿਆ, ਠੰਡਾ ਹੋਇਆ ਤੇ ਖੋ ਗਿਆ। ਸਾਰਾ ਦਿਨ ਮੈਂ ਇੰਤਜ਼ਾਰਿਆ, ਉਹ ਆਵੇ ਨਾ ਮੈਂ ਪੁਕਾਰਿਆ। ਉਹ ਦੇਸ਼ ਕਿਹੜੇ ਚ ਚੜ ਗਿਆ, ਬਿਨਾਂ ਸਾੜ ਹੀ ਅੰਦਰੋਂ ਸੜ ਗਿਆ। ਮੈਂ ਚਾਨਣੀ ਨੂੰ ਪਿੰਜ ਕੇ ਪਿੰਡੇ ਲਿਆ ਤੇ ਸੋ ਗਿਆ। ਚੰਨ ਦੇਖਦਾ ਹੀ ਰਹਿ ਗਿਆ, ਚਾਨਣੀ ਦਾ ਤੁਪਕਾ ਚੋ ਗਿਆ। ਮੇਰੀ ਕੰਬਣੀ ਨੂੰ ਦੇਖ ਕੇ ਤਾਰਿਆਂ ਨੇ ਖੇਸ ਬੁਣ ਲਿਆ। ਮੇਰੀ ਹਿੱਕ ਨੂੰ ਸੇਕਾ ਦੇਣ ਲਈ ਉਹਨਾਂ ਧਰੁਵ ਤਾਰੇ ਨੂੰ ਚੁਣ ਲਿਆ। ਮੈਨੂੰ ਲੋਰੀ ਕੋਈ ਸੁਣਾ ਰਿਹਾ, ਮੈਂ ਸੌਂ ਰਿਹਾ ਕੋਈ ਗਾ ਰਿਹਾ। ਮੇਰੇ ਜ਼ਖਮਾਂ ਨੂੰ ਆਦਤ ਫੂਕਦੀ ਇੱਕ ਕੋਇਲ ਬਾਗੀ ਕੂਕਦੀ। ਇੱਕ ਜੁਗਨੂੰ ਕੋਈ ਜਗ ਰਿਹਾ, ਜਿਵੇਂ ਤਾਰਾ ਟਿਮਕੇ ਲੱਗ ਰਿਹਾ। ਇੱਕ ਤਾਰਾ ਦਰਦੀ ਟੁੱਟਿਆ, ਹੱਥ ਮੁੱਟੀ ਮੀਚ ਕੇ ਘੁੱਟਿਆ।
ਦੇਖ ਟੁੱਟਦਾ ਅੱਖ ਹੈ ਵਗ ਰਹੀ, ਇੱਕ ਮਹਿਕ ਪਿਆਰੀ ਠੱਗ ਰਹੀ। ਇਹ ਮਹਿਕ ਪਿਆਰੇ ਮਹਿਰਮ ਦੀ, ਇੱਥੇ ਰਾਤ ਗੁਜ਼ਾਰੀ ਮੈਂ ਗਮ ਦੀ। ਉਹ ਇਸੇ ਸ਼ਹਿਰੇ ਵਸ ਰਿਹਾ, ਉਹ ਇਸੇ ਸ਼ਹਿਰੇ ਵਸ ਰਿਹਾ, ਮੈਂ ਗਮਜ਼ਦਾ ਉਹ ਹੱਸ ਰਿਹਾ। ਉਹਦਾ ਨੇੜੇ ਹੋਣਾ ਹੀ ਭਾ ਰਿਹਾ, ਉਹਦਾ ਨੇੜੇ ਹੋਣਾ ਹੀ ਭਾ ਰਿਹਾ, ਸਾਹ ਜਾਂਦਾ ਜਾਂਦਾ ਜਾ ਰਿਹਾ। ਮੈਂ ਸੌ ਰਿਹਾ ਕੋਈ ਗਾ ਰਿਹਾ, ਸਾਹ ਜਾਂਦਾ ਜਾਂਦਾ ਜਾ ਰਿਹਾ। ਮੈਂ ਸੌ ਰਿਹਾ ਕੋਈ ਗਾ ਰਿਹਾ, ਸਾਹ ਜਾਂਦਾ ਜਾਂਦਾ ਜਾ ਰਿਹਾ। ਰਚਨਾ ਹੈ ਕਿ ਅਰਜ਼ਾ ਉਹ ਜਿਹੀਆਂ ਰਹੀਆਂ ਨਾ ਬਾਤਾਂ, ਕਿ ਅਰਜ਼ਾ ਉਹ ਜਿਹੀਆਂ ਰਹੀਆਂ ਨਾ ਬਾਤਾਂ, ਨਾ ਮਾਵਾਂ ਦੀ ਲੋਰੀ ਨਾ ਰਹੀਆਂ ਨੇ ਚਾਤਾਂ। ਕਿ ਚਾਟੀ ਮਧਾਣੀ ਤੇ ਰਾਜੇ ਤੇ ਰਾਣੀ, ਫਕੀਰਾਂ ਦੀ ਬੋਲੀ ਤੇ ਗੁਰੂਆਂ ਦੀ ਬਾਣੀ। ਕਿ ਜੁਗਨੂੰ ਸੀ ਜਗਦੇ, ਵਰੋਲੇ ਸੀ ਵਗਦੇ, ਤਿਤਲੀ ਤੇ ਫੁੱਲ ਬੜੇ ਸੋਹਣੇ ਸੀ ਲੱਗਦੇ। ਕਿ ਰਾਤਾਂ ਨੂੰ ਬੱਦਲਾਂ ਦੇ ਹੇਠਾਂ ਸੀ ਸੋਣਾ, ਕਿ ਬਾਪੂ ਨੇ ਕੁੱਟਣਾ ਜਾਂ ਮਾਂ ਕੋਲੇ ਰੋਣਾ। ਕਿ ਬਚਪਨ ਦੇ ਜਿਹੀਆਂ ਨਾ ਰਹੀਆਂ ਸੁਗਾਤਾਂ, ਕਿ ਅਰਜ਼ਾ ਉਹ ਜਿਹੀਆਂ ਰਹੀਆਂ ਨਾ ਬਾਤਾਂ। ਕਿ ਦਾਤੀ ਤੇ ਰੰਬੀ ਤੇ ਹਲ ਤੇ ਪੰਜਾਲੀ, ਮਰ ਗਏ ਹਾਂ ਲੋਕੋ ਕਿ ਗਈ ਨਾ ਸੰਭਾਲੀ। ਹਵੇਲੀ ਤੇ ਫਿਰਨੀ ਚਲਾਨੀ ਬਰਾਂਡੇ, ਗੁੜ ਦੀ ਕਲਾੜੀ ਤੇ ਪਿੱਤਲ ਦੇ ਭਾਂਡੇ। ਜਾਂ ਭੱਠੀ ਭੁਣਾਉਂਦੇ ਸੀ ਮੱਕੀ ਦੇ ਦਾਣੇ, ਤੇ ਸੱਥਾਂ ਤੇ ਸਜਦੇ ਸੀ ਪਿੰਡ ਦੇ ਸਿਆਣੇ। ਨਾ ਜਾਗੋ ਨਾ ਮੇਲੇ ਤੇ ਰਹੀਆਂ ਬਰਾਤਾਂ, ਕਿ ਅਰਜ਼ਾ ਉਹ ਜਿਹੀਆਂ ਰਹੀਆਂ ਨਾ ਬਾਤਾਂ। ਨਾ ਚਮ ਚੜਿੱਕਾਂ ਨਾ ਚਿੜੀਆਂ ਦਾ ਗਾਉਣਾ, ਨਾ ਖੇਡਾਂ ਹੀ ਰਹੀਆਂ ਨਾ ਛੱਪੜਾਂ ਚ ਨਹਾਉਣਾ। ਨਾ ਘੋਲ ਨਾ ਛਿੰਝਾਂ ਤੇ ਨਾ ਹੀ ਅਖਾੜੇ, ਮੁੱਛਾਂ ਤਾਂ ਮੁੜੀਆਂ ਨਾ ਦਿਸਦੇ ਨਾ ਦਾੜੇ। ਨਾ ਪੈਰਾਂ ਨੂੰ ਮੱਥੇ, ਨਾ ਇੱਜ਼ਤ ਨਾ ਪਿਆਰ, ਨਾ ਏਕਾ ਨਾ ਜੱਫੇ ਤੇ ਨਾ ਸਤਕਾਰ। ਨਾ ਫੱਟੀਆਂ ਨਾ ਕਲਮਾਂ ਨਾ ਰਹੀਆਂ ਦਵਾਤਾਂ, ਕਿ ਅਰਜ਼ਾ ਉਹ ਜਿਹੀਆਂ ਰਹੀਆਂ ਨਾ ਬਾਤਾਂ, ਕਿ ਅਰਜ਼ਾ ਉਹ ਜਿਹੀਆਂ ਰਹੀਆਂ ਨਾ ਬਾਤਾਂ। ਸੋ ਦੋਸਤੋ, ਇਹ ਸੀ ਆਪਣੀਆਂ ਅੱਜ ਦੀਆਂ ਕਵਿਤਾਵਾਂ। ਉਮੀਦ ਹੈ ਤੁਹਾਨੂੰ ਪਸੰਦ ਆਈਆਂ ਹੋਣਗੀਆਂ, ਅਤੇ ਮੈਨੂੰ ਜ਼ਰੂਰ ਜ਼ਰੂਰ ਦੱਸਣਾ ਕਿ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ, ਅਤੇ ਅੱਜ ਦਾ ਸੈਸ਼ਨ ਤੁਹਾਨੂੰ ਕਿੱਦਾਂ ਦਾ ਲੱਗਿਆ। ਅਤੇ ਫਿਰ ਆਪਾਂ ਮਿਲਦੇ ਹਾਂ ਕੁਛ ਨਵੀਆਂ ਕਵਿਤਾਵਾਂ ਦੇ ਨਾਲ। ਅਤੇ ਹਾਂ ਦੋਸਤੋ, ਮੇਰਾ ਯੂਟਿਊਬ ਚੈਨਲ ਹੈ ਰੂਪ ਖਟਕਰ ਓਫੀਸ਼ੀਅਲ, ਅਤੇ ਤੁਸੀਂ ਉੱਥੇ ਜਾ ਕੇ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਅਤੇ ਮੇਰੀਆਂ ਕਾਫੀ ਜਿਹੜੀਆਂ ਪੋਇਟਰੀ ਵਾਲੀਆਂ ਵੀਡੀਓਜ਼ ਹੈਗੀਆਂ ਉੱਥੇ ਮੈਂ ਅਪਲੋਡ ਕੀਤੀਆਂ ਸੀ। ਹੁਣ ਕੁਛ ਦਿਨ ਤੋਂ ਲਾਈਵ ਆ ਰਹੀਆਂ, ਸੋ ਇਹ ਅਪਲੋਡ ਨਹੀਂ ਹੋ ਸਕਦਾ, ਤਾਂ ਪਰ ਛੇਤੀ ਹੀ ਕੁਛ ਕਵਿਤਾਵਾਂ ਵਾਲੀਆਂ ਵੀਡੀਓਜ਼ ਬਣਾਉਂਗੀ ਅਤੇ ਫਿਰ ਉਹ ਅਪਲੋਡ ਕਰੂੰਗੀ।